ਜਦੋਂ ਅਸੀਂ ਜਾ ਜਾ ਕੇ ਕਹਿੰਦੇ ਸੀ ਨਾ ਵੀ ਦਿੱਲੀ ਤੋਂ ਸਰਕਾਰ ਚੱਲੂਗੀ ਉਦੋਂ ਬਾਬਿਓ ਤੁਸੀਂ ਕਹਿ ਦਿੰਦੇ ਸੀ ਨਾ ਜੀ ਇਹ ਸਰਕਾਰ ਤਾਂ ਅਸੀਂ ਚਲਾਵਾਂਗੇ ਭਗਵੰਤ ਮਾਨ ਸਾਹਿਬ ਨੇ ਕਿਹਾ ਚਲਾ ਲਓ ਹੁਣ ਸਰਕਾਰ ਅਸੀਂ ਅੱਕ ਚੁੱਕੇ ਹਾਂ ਥੱਕ ਚੁੱਕੇ ਹਾਂ ਤੇਰੇ ਵੇਖ ਵੇਖ ਕੇ ਕਾਰੇ ਨਹੀਂ ਬਸ ਐਸੇ ਕਰਕੇ ਤੇਰੇ ਨਾਲ ਸਾਡੀ ਬਣਦੀ ਨਾ ਸਰਕਾਰੇ ਨਹੀਂ ਦੇਖੋ ਸਾਡੇ ਦਿੱਲੀ ਵਾਲੇ ਮਾਡਲ ਰਾਘਵ ਚੱਡਾ ਜੀ ਪਿਛਲੇ ਦਿਨੀ ਇੱਕ ਪੋਸਟ ਪਾਈ ਸੀ ਕ੍ਰਿਕਟ ਖੇਡਦੇ ਨੇ ਤੇ ਥੱਲੇ ਲਿਖਿਆ ਸੀ ਫੁਰਸਤ ਦੇ ਪਲ ਭਾਈ ਤੁਹਾਡੇ ਤਾਂ ਵਾਕਿਆ ਹੀ ਫੁਰਸਤ ਦੇ ਪਲ ਹੈ ਪੰਜਾਬ ਦੇ ਪੈਸੇ ਦੇ ਨਾਲ ਗੁਜਰਾਤ ਚ ਇਲੈਕਸ਼ਨ ਲੜੇ ਜਾ ਰਹੇ ਆ ਪੰਜਾਬ ਦੇ ਪੈਸੇ ਦੇ ਨਾਲ ਹਿਮਾਚਲ ਚ ਇਲੈਕਸ਼ਨ ਲੜੇ ਜਾ ਰਹੇ ਆ ਮੁੰਡੇ ਤਾਂ ਮੁੰਡੇ ਅੱਜ ਕੁੜੀਆਂ ਵੀ ਨਸ਼ੇ ਤੇ ਲੱਗ ਗਈਆਂ ਨੇ ਹਾਲਾਤ ਨੇ ਸਾਡੇ ਪੰਜਾਬ ਦੇ ਜਿਹੜਾ ਕੋਈ ਇੱਥੇ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਹੈ ਨਾ ਨਸ਼ਿਆਂ ਦੇ ਖਿਲਾਫ ਲੜਦਾ ਹੈ ਉਸ ਤੇ ਝੂਠੇ ਪਰਚੇ ਪਾ ਦਿੱਤੇ ਜਾਂਦੇ ਨੇ। ਤੁਸੀਂ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਅੱਜ ਇੱਕ ਛੋਟੇ ਜਿਹੇ ਸੱਦੇ ਤੇ ਇੱਥੇ ਪਹੁੰਚੇ ਹੋ। ਮੰਚ ਤੇ ਬਿਰਾਜਮਾਨ ਬਾਈ ਲੱਖਾ ਸਿਧਾਨਾ ਜੀ, ਸਰਦਾਰ ਸਿਮਰਨਜੀਤ ਸਿੰਘ ਮਾਨ ਜੀ, ਸਰਦਾਰ ਮਨਦੀਪ ਸਿੰਘ ਮੰਨਾ ਜੀ, ਇਸ ਤੋਂ ਪਹਿਲਾਂ ਭਾਈ ਅੰਮ੍ਰਿਤਪਾਲ ਸਿੰਘ ਬੋਲ ਕੇ ਗਏ, ਬਾਈ ਸੁਖ ਜਗਰਾਓਂ, ਬਾਈ ਜਗਦੀਪ ਰੰਧਾਵਾ, ਇਹ ਸਾਰੇ ਉਹ ਲੋਕ ਨੇ ਜਿਨ੍ਹਾਂ ਨੇ ਸਮੇਂ-ਸਮੇਂ ਤੇ ਪੰਜਾਬ ਦੇ ਹੱਕਾਂ ਲਈ, ਪੰਜਾਬ ਦੇ ਭੱਖ ਦੇ ਮਸਲਿਆਂ ਤੇ ਲੋਕ ਆਪਣੀ ਆਵਾਜ਼ ਬੁਲੰਦ ਕਰਦੇ ਰਹੇ ਨੇ ਤੇ ਸਾਹਮਣੇ ਤੁਸੀਂ ਉਹ ਲੱਖਾਂ ਲੋਕ ਬੈਠੇ ਹੋ ਜਿਹੜੇ ਰਾਜਨੀਤੀ ਤੋਂ ਉੱਪਰ ਉੱਠ ਕੇ, ਜਿਨ੍ਹਾਂ ਨੇ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਪੰਜਾਬ ਦੇ ਹੱਕਾਂ ਲਈ ਤੁਸੀਂ ਲੋਕ ਲੜੇ ਹੋ, ਪੰਜਾਬ ਦੇ ਹੱਕਾਂ ਲਈ ਤੁਸੀਂ ਲੋਕਾਂ ਨੇ ਆਵਾਜ਼ ਬੁਲੰਦ ਕੀਤੀ ਹੈ, ਚਾਹੇ ਉਹ ਸਾਡੇ ਚੰਡੀਗੜ੍ਹ ਦਾ ਮਸਲਾ ਸੀ, ਚਾਹੇ ਸਾਡੇ ਪੰਜਾਬ ਦੇ ਪਾਣੀਆਂ ਦਾ ਮੁੱਦਾ ਸੀ, ਪੰਜਾਬ ਦੇ ਪੰਜਾਬੀ ਬੋਲਦੇ ਇਲਾਕਿਆਂ ਦਾ ਮੁੱਦਾ ਸੀ, ਭਾਖੜਾ ਬਿਆਸ ਮੈਨੇਜਮੈਂਟ ਦਾ ਮੁੱਦਾ, ਚਾਹੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਮੁੱਦਾ ਤੇ ਚਾਹੇ ਨਸ਼ੇ ਦੇ ਨਾਲ ਹੋ ਰਹੀਆਂ ਮੌਤਾਂ ਦਾ ਮੁੱਦਾ, ਤੁਸੀਂ ਲੋਕਾਂ ਨੇ ਅੱਗੇ ਹੋ ਕੇ ਲੜਾਈ ਲੜੀ ਹੈ, ਪਰ ਇਹ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਹਮੇਸ਼ਾ ਸਾਡੀ ਆਮ ਲੋਕਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੈ, ਹਮੇਸ਼ਾ ਸਾਡੇ ਆਮ ਲੋਕਾਂ ਦੀ ਆਵਾਜ਼ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਹੈ, ਚਾਹੇ ਝੂਠੇ ਪਰਚੇ ਪਵਾ ਕੇ, ਚਾਹੇ ਹੋਰ ਹੱਥ ਕੰਡੇ ਅਪਣਾ ਕੇ ਤੇ ਹੋਰ ਪੁੱਠੇ ਸਿੱਧੇ ਤਰੀਕਿਆਂ ਦੇ ਨਾਲ। ਅੱਜ ਆਪਾਂ ਜਿਸ ਵਿਸ਼ੇ ਨੂੰ ਲੈ ਕੇ ਸਾਰੇ ਇਕੱਤਰ ਹੋਏ ਹਾਂ ਉਹ ਹੈ ਕਿ ਬਾਈ ਲੱਖੇ ਸਿਧਾਣੇ ਤੇ ਨਸ਼ੇ ਦਾ ਤੇ ਹੋਰ ਸਖਤ ਧਰਾਵਾਂ ਲਾ ਕੇ ਝੂਠਾ ਪਰਚਾ ਪਾਇਆ ਗਿਆ। ਤੁਸੀਂ ਸਾਰੇ ਲੋਕ ਆਪਣੇ ਦਿਲ ਤੇ ਹੱਥ ਰੱਖ ਕੇ ਦੱਸਿਓ ਕਿ ਤੁਹਾਨੂੰ ਲੱਗਦਾ ਹੈ ਕਿ ਬਾਈ ਲੱਖਾਂ ਸਿਧਾਣਾ ਸੱਚਮੁੱਚ ਨਸ਼ੇ ਵਿਕਵਾ ਸਕਦਾ ਹੈ? ਜਵਾਬ ਜ਼ਰੂਰ ਦਿਓ, ਤੁਹਾਨੂੰ ਲੱਗਦਾ ਹੈ? ਮੈਂ ਪਿਛਲੇ 5-6 ਸਾਲਾਂ ਤੋਂ ਬਾਈ ਲੱਖੇ ਸਿਧਾਣੇ ਨੂੰ ਜਾਣਦੀ ਹਾਂ। ਹਰ ਵਿਅਕਤੀ 'ਚ ਕਮੀਆਂ ਹੁੰਦੀਆਂ ਨੇ, ਮੇਰੇ 'ਚ ਕਮੀਆਂ ਹੋਣਗੀਆਂ, ਤੁਹਾਡੇ 'ਚ ਕਮੀਆਂ ਹੋਣਗੀਆਂ, ਬਾਈ ਲੱਖੇ ਸਿਧਾਣੇ 'ਚ ਲੱਖ ਕਮੀਆਂ ਹੋਣਗੀਆਂ, ਪਰ ਮੈਨੂੰ ਵਿਸ਼ਵਾਸ ਹੈ ਇਸ ਗੱਲ ਦਾ ਕਿ ਬਾਈ ਲੱਖਾਂ ਸਿਧਾਣਾ ਕਦੇ ਵੀ ਨਸ਼ੇ ਨਹੀਂ ਵਿਚਵਾਊਗਾ, ਕਦੇ ਨਹੀਂ ਨਸ਼ੇ ਵੇਚੇਗਾ, ਔਰ ਇਹਨਾਂ ਨੇ ਹਮੇਸ਼ਾ ਨਸ਼ਿਆਂ ਦੀ ਲੜਾਈ ਸਭ ਤੋਂ ਮੂਹਰੇ ਹੋ ਕੇ ਲੜੀ ਹੈ। ਆਪਾਂ ਸਾਰੇ ਇਸ ਗੱਲ ਨੂੰ ਭਲੀ ਭਾਂਤੀ ਜਾਣਦੇ ਹਾਂ। ਜਦੋਂ ਪੰਜਾਬ ਦੇ ਵਿੱਚ ਲਗਾਤਾਰ ਚਿੱਟੇ ਨਸ਼ੇ ਨਾਲ ਮੌਤਾਂ ਹੋ ਰਹੀਆਂ ਸੀਗੀਆਂ ਤਾਂ ਪੰਜਾਬ ਦੇ ਵਿੱਚ ਇੱਕ ਮਰੋ ਜਾਂ ਵਿਰੋਧ ਕਰੋ ਨਾਮ ਦਾ ਹਫ਼ਤਾ ਮਨਾਇਆ ਗਿਆ ਸੀ, ਉਸ ਦੀ ਅਗਵਾਈ ਬਾਈ ਲੱਖੇ ਸਿਧਾਣੇ ਨੇ ਕੀਤੀ ਸੀ। ਮੈਂ ਖੁਦ ਨਾਲ ਸੀ, ਅਸੀਂ ਮਾਨਸਾ ਦੇ ਕੁਝ ਕੁ ਪਿੰਡਾਂ ਦੇ ਵਿੱਚ ਰੋਸ ਮਾਰਚ ਕੀਤੇ ਸੀ ਤੇ ਅੱਜ ਵੀ ਸਾਡੇ ਪੰਜਾਬ ਦੀ ਸਭ ਤੋਂ ਵੱਡੀ ਲੜਾਈ ਹੈ ਨਸ਼ਿਆਂ ਦੀ ਲੜਾਈ। ਪਿਛਲੀਆਂ ਸਰਕਾਰਾਂ ਨਾਲੋਂ ਅੱਜ ਚਿੱਟੇ ਨਸ਼ੇ ਦੇ ਅੱਤਵਾਦ ਨੇ ਸਿਵਿਆਂ ਦੀਆਂ ਲਾਟਾਂ ਦੇ ਧੂਏ ਨੂੰ ਹੋਰ ਉੱਚਾ ਕਰਤਾ ਹੈ। ਅਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਦੇਖਦੇ ਹਾਂ, ਪਿਛਲੇ ਦਿਨੀ ਇੱਕ ਕਪੂਰਥਲੇ ਦਾ 18 ਸਾਲਾਂ ਦਾ ਨੌਜਵਾਨ ਨਸ਼ੇ ਨਾਲ ਚਲਿਆ ਗਿਆ। ਉਸ ਤੋਂ ਪਹਿਲਾਂ ਇੱਕ ਕੁੜੀ ਦੀ ਵੀਡੀਓ ਵਾਇਰਲ ਹੋਈ ਸੀ ਜੋ ਗਲੀ ਵਿੱਚ ਖੜੀ ਨਸ਼ੇ ਦੇ ਹਾਲਾਤ ਦੇ ਵਿੱਚ ਸੀ ਤੇ ਝੂਲ ਰਹੀ ਸੀ। ਉਸ ਤੋਂ ਬਾਅਦ ਕੱਲ੍ਹ ਇੱਕ ਫੇਰ ਵੀਡੀਓ ਵਾਇਰਲ ਹੁੰਦੀ ਹੈ, ਇੱਕ ਕੁੜੀ ਬੈਂਚ ਤੇ ਪਈ, ਸਾਰੇ ਨਸ਼ੇ ਦੇ ਹਾਲਾਤ ਦੱਸ ਰਹੀ ਹੈ, ਉਹਨੂੰ ਕੋਈ ਸੁਰਤ ਨਹੀਂ। ਮੁੰਡੇ ਤਾਂ ਮੁੰਡੇ, ਅੱਜ ਕੁੜੀਆਂ ਵੀ ਨਸ਼ੇ ਤੇ ਲੱਗ ਗਈਆਂ ਨੇ, ਹਾਲਾਤ ਨੇ ਸਾਡੇ ਪੰਜਾਬ ਦੇ। ਸਾਨੂੰ ਆਮ ਲੋਕਾਂ ਨੂੰ ਫਿਕਰ ਹੈ, ਪਰ ਇਹ ਸਰਕਾਰ ਦੇ ਕੰਨ ਤੇ ਜੂੰ ਤੱਕ ਨਹੀਂ ਸਰਕ ਰਹੀ, ਸਰਕਾਰ ਨੂੰ ਕੋਈ ਫਿਕਰ ਨਹੀਂ। ਪੰਜਾਬ ਦੇ ਪੈਸੇ ਦੇ ਨਾਲ ਗੁਜਰਾਤ 'ਚ ਇਲੈਕਸ਼ਨ ਲੜੇ ਜਾ ਰਹੇ ਆ, ਪੰਜਾਬ ਦੇ ਪੈਸੇ ਦੇ ਨਾਲ ਹਿਮਾਚਲ 'ਚ ਇਲੈਕਸ਼ਨ ਲੜੇ ਜਾ ਰਹੇ ਆ, ਦੇਖੋ ਸਾਡੇ ਦਿੱਲੀ ਵਾਲੇ ਮਾਡਲ ਰਾਘਵ ਚੱਡਾ ਜੀ।
पिछले दिन ही एक पोस्ट पाई सी क्रिकेट खेल जाने ते थले लिखिया सी फुर्सत दे पल। भाई थोड़े तो वाकई फुर्सत दे पल है, सौ सौ थोनू गनमैन मिल गए, करोड़ां दियां कोठियां मिल गईयां, करोड़ां दियां गड्डियां देतियां थोनू पंजाबियां ने, थोड़े तो पैर दे थले बटेरा आया। किसी भी इन्हां दे एमएलए ने, किसी भी इन्हां दे मंत्री ने पिछले छे महीनियां च जिन्हां मापिया का पुत नशे नाल इस दुनिया तो चला गया, उन्हां दे नाल जाके दुख सांझा किया, उन्हां नू दिलासा दिता, नहीं भरावो इन्हां नू पंजाब दे लोकां दी, पंजाब दी आवाम दी, पंजाब दे नौजवानां दी कोई फिक्र नहीं है। ये लड़ाई सानू खुद लड़नी पेगी। ते उल्टा जेड़ा कोई इत्थे पंजाब दे हक्कां दी गल करदा है ना, नशियां दे खिलाफ लड़दा, उस ते झूठे परचे पा दिते जांदे ने। हुण सुनन च आया सी कल दी खबर चल रही है कि परचा रद्द करता, जे ओह परचा रद्द कीता ना तो थोड़ी ताकत है भरावो, थोड़ी एकजुटता दे नाल ओह परचा रद्द होया। जे असीं इसे तरह लड़दे रहांगे ना आपदे हक्कां दे लई, असीं इन्हां सरकारां नूं वी झुका लांगे, पर सानूं एकजुट हो के रहना पएगा। पहलां ही साडे पंजाब दा बहुत नुकसान हो गया, भाई दीप सिद्धू इस दुनिया तो चला गया, भाई शुभदीप सिंह सिद्धू मूसेवाला इस दुनिया तो चले गए। ये वह घाटे आ साडे पंजाब नूं जिहड़े कदे भी पूरे नहीं हो सकते, ते साडे पंजाब नूं होर घाटा ना पवे इहदे लई सानूं इह लड़ाई लड़नी पैणी आ। असीं इकट्ठे हो के इस लड़ाई नूं लड़िए, असीं प्रण करके जाइए कि जिथे भी पंजाब दे मुद्दियां दी गल होएगी, जिथे भी पंजाब दे हक्कां दी गल होएगी, असीं सारे इकट्ठे हो के लड़ांगे। शायद भाई सिद्धू मूसेवाले दे माता पिता भी इत्थे पहुंचणगे। अज साडा फर्ज बनता है कि असीं उहनां दे नाल भी डट के खड़िए। वो इंसाफ की लड़ाई लड़ रहे हैं, उन्हां दा नौजवान पुत इस दुनिया तो चला गया, जिथे जिथे भी वो कॉल देंगे साडा फर्ज बनता सी उन्हां दे नाल जाइए और भाई सिद्धू मूसे वाले नूं इंसाफ दवाइए, भाई दीप सिद्धू नूं इंसाफ दवाइए। यही साडे पंजाबियां दी एक बहुत वड्डी जित होएगी और इन्हां सरकारां तो सानू कोई उम्मीदां नहीं, ना पिछलियां सरकारां तो उम्मीदां सी ते ना इन्हां सरकारां तो ने, कि ये डंगरां वांग समझदे ने आ गभरू होए जवानां नूं, ए देश द्रोही बना दिंदे हक मंगदे होए किसानां नूं। असीं अक चुके हां, थक चुके हां, तेरे वेख वेख के कारे नहीं, बस ऐसे करके तेरे नाल साडी बनदी ना सरकारे नहीं, बस ऐसे करके तेरे नाल साडी बनदी ना सरकारे नहीं। सो समा घट सी, इन्हें शब्दों नाल समाप्ति कर दियाँ, पर एक गल याद आ गई। जदों प्रचार चल रहा सी ने तां भगवंत मान जी एक गल कहिंदे हुंदे सी, इह उह सरकार है जिहड़ी पिंडां दीआं सत्थां तों चलूगी, जिहड़ी पिंडां दीआं खुंडां तों चलूगी, पर तुसीं मैनूं दसो इह सरकार चलदी कित्थों है? सुणिया नहीं, फिर दस दो कित्थों चलदी आ। ते आही गल तां असीं कहिंदे सी ਜਦੋਂ ਅਸੀਂ ਜਾ ਜਾ ਕੇ ਕਹਿੰਦੇ ਸੀ ਨਾ ਵੀ ਦਿੱਲੀ ਤੋਂ ਸਰਕਾਰ ਚੱਲੂਗੀ, ਉਦੋਂ ਬਾਬੇ ਤੁਸੀਂ ਕਹਿ ਦਿੰਦੇ ਸੀ ਨਾ ਜੀ ਇਹ ਸਰਕਾਰ ਤਾਂ ਅਸੀਂ ਚਲਾਵਾਂਗੇ, ਭਗਵੰਤ ਮਾਨ ਸਾਹਿਬ ਨੇ ਕਿਹਾ ਚਲਾ ਲਓ ਹੁਣ ਸਰਕਾਰ। ਸੋ ਭਰਾਵੋ ਇਕਜੁੱਟ ਹੋ ਕੇ ਇਹ ਲੜਾਈ ਸਾਨੂੰ ਲੜਨੀ ਪੈਣੀ ਹੈ, ਸਾਡੀ ਨੌਜਵਾਨੀ ਨੂੰ ਬਚਾਉਣ ਦੇ ਲਈ, ਸਾਡੀ ਕਿਸਾਨੀ ਨੂੰ ਬਚਾਉਣ ਦੇ ਲਈ। ਇਹਨੇ ਸ਼ਬਦਾਂ ਦੇ ਨਾਲ ਸਮਾਪਤੀ ਕਰਦੀ ਹਾਂ, ਗੱਜ ਕੇ ਫਤਿਹ ਦੀ ਸਾਂਝ ਪਾ ਦਿਓ। ਵਾਹਿਗੁਰੂ ਜੀ ਕਾ ਖਾਲਸਾ। पिछे खड़े भरावां नूं बेनती है, इधर भी खड़े ने ते इधर भी, तुसीं नहीं हाथ खड़े कर दे, हाथ खड़े कर दिओ। वाहेगुरु जी का खालसा। बहुत बहुत धन्यवाद, बहुत बहुत शुक्रिया।